ਪੰਜਾਬ ਦੇ ਸਿਆਸੀ ਗਲਿਆਰਾਂ ਵਿੱਚ ਅੱਜ ਕੱਲ੍ਹ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਦਾ ਮੁੱਦਾ ਗੂੰਜ ਰਿਹਾ ਹੈ। ਆਮ ਆਦਮੀ ਪਾਰਟੀ ਨੇ ਆਪਣੇ ਕੁਝ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਦੇ ਸੰਕੇਤ ਦਿੱਤੇ ਨੇ, ਜਿਸ ਤੋਂ ਬਾਅਦ ਇਸ ਮੁੱਦੇ 'ਤੇ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਤੋਂ ਵੀ ਬਿਆਨ ਆਉਣ ਲੱਗੇ ਨੇ। ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਸਾਰੇ ਸਿਆਸੀ ਦਲ ਇੱਕ ਦੂਜੇ 'ਤੇ ਨਿਸ਼ਾਨਾ ਲਾਉਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ ਨੇ। ਨਾਲ ਹੀ ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਦੀ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਨੇ। ਆਮ ਆਦਮੀ ਪਾਰਟੀ ਨੇ ਲਿਸਟ ਜਾਰੀ ਕਰਨ ਦੇ ਸੰਕੇਤ ਦਿੱਤੇ ਨੇ ਤੇ ਕਾਂਗਰਸ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਭਾਵੇਂ 25 ਤੋਂ 30 ਦੀ ਬਜਾਏ ਸਾਰੇ 117 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦੇ, ਕਾਂਗਰਸ ਨੂੰ ਕੋਈ ਚਿੰਤਾ ਨਹੀਂ ਹੈ। ਲੇਕਿਨ ਪਹਿਲਾਂ ਇਹ 20-25 ਬੰਦਿਆਂ ਦੀ ਉਹਨਾਂ ਦੀ ਸੂਚੀ ਦੇਣਗੇ ਆਪਣਾ ਨਵਾਂ ਵਿਕਾਰ ਜਾਂ ਖੜਾ ਕਰਨ ਵਾਸਤੇ। ਟੋਟਲ ਹੀ ਢਕੌਂਸਲੇਬਾਜ਼ੀ ਹੈ, ਡਰਾਮੇਬਾਜ਼ੀ ਹੈ, ਇਹ ਛਲਾਵਾ ਹੈ। ਇਹਦੇ ਨਾਲ ਇਹ ਦੇਖੋ, ਹਰ ਕਿਸੇ ਨੇ ਆਪਣੇ ਕੈਂਡੀਡੇਟ ਤਾਂ ਦੇਣੇ ਹੀ ਹੈ, ਅੱਜ ਦੇ ਦੇਣਗੇ, ਕੱਲ੍ਹ ਦੇ ਦੇਣਗੇ, ਇਹਦੇ ਨਾਲ ਕਾਂਗਰਸ ਪਾਰਟੀ ਨੂੰ ਕਿਆ ਫਰਕ ਪੈਣਾ। ਉੱਧਰ ਲਿਸਟ ਜਾਰੀ ਕਰਨ ਨੂੰ ਲੈ ਕੇ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਚੋਣਾਂ ਦੇ ਲਈ ਹਮੇਸ਼ਾ ਤਿਆਰ ਨੇ, ਜਦ ਉਹਨਾਂ ਨੂੰ ਠੀਕ ਲੱਗੇਗਾ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਜਾਏਗੀ। ਨਹੀਂ, ਸਾਡੇ ਤਾਂ ਜੀ ਜਾਂ ਛੇਤੀ ਦੀ ਅਤੇ ਕਾਹਲੀ ਦੀ ਕੋਈ ਦੂਜੀ ਲੋੜ ਵੀ ਨਹੀਂ ਹੈਗੀ। ਸਾਡੇ ਤਾਂ ਸਹਿਜ ਵਾਲਾ ਕੰਮ ਚੱਲਦਾ, ਜਦੋਂ ਦਿਲ ਕਰੇਗੀ ਪਾਰਟੀ ਲੀਡਰਸ਼ਿਪ ਕਰ ਦੇਗੀ, ਕਿਉਂਕਿ ਸਾਡੀ ਇਸਟੈਬਲਿਸ਼ਡ ਲੀਡਰਸ਼ਿਪ ਹੈ ਸਭ ਥਾਵਾਂ ਦੇ ਉੱਤੇ। ਨਾਲ ਹੀ ਬੀਜੇਪੀ ਦਾ ਕਹਿਣਾ ਹੈ ਕਿ ਹਰ ਪਾਰਟੀ ਦਾ ਆਪਣਾ ਵਰਕਿੰਗ ਸਟਾਈਲ ਹੁੰਦਾ ਹੈ ਅਤੇ ਬੀਜੇਪੀ 'ਚ ਇਹ ਫੈਸਲਾ ਪਾਰਲੀਮੈਂਟਰੀ ਬੋਰਡ ਕਰੇਗਾ। ਇਹ ਦੇਖੋ, ਇਹ ਹਾਈਕਮਾਂਡ ਨੇ ਫੈਸਲੇ ਕਰਨੇ ਹੁੰਦੇ ਆ, ਸਾਡੇ ਤਾਂ ਬੀਜੇਪੀ ਦਾ ਫੈਸਲਾ ਹਾਈ ਪਾਰਲੀਮੈਂਟਰੀ ਬੋਰਡ ਕਰਦਾ। ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕਰਨ ਦੀ ਗੱਲ ਕੀਤੀ ਤਾਂ ਸਿਆਸੀ ਪਾਰਟੀਆਂ ਦੀ ਬਿਆਨਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਗੱਲ ਕਾਂਗਰਸ ਦੇ ਕਲੇਸ਼ ਦੀ ਕਰਦੇ ਹਾਂ। ਸੰਗਰੂਰ ਵਿੱਚ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਦੀ ਮੌਜੂਦਗੀ ਵਿੱਚ ਕਾਂਗਰਸ ਵਰਕਰ ਸੰਮੇਲਨ ਵਿੱਚ ਜੰਮ ਕੇ ਹੰਗਾਮਾ ਹੋਇਆ। ਹਾਲਾਂਕਿ ਪ੍ਰਨੀਤ ਕੌਰ ਨੇ ਕਾਂਗਰਸ ਵਿੱਚ ਇੱਕ ਜੁੱਟਤਾ ਦਾ ਦਾਅਵਾ ਕੀਤਾ। ਪੰਜਾਬ ਕਾਂਗਰਸ ਦੇ ਵੱਡੇ ਆਗੂ ਲੱਖ ਦਾਅਵੇ ਕਰਨ ਕਿ ਪਾਰਟੀ ਇਕਜੁੱਟ ਹੈ ਅਤੇ ਅਗਲੇ ਚੋਣਾਂ ਵਿੱਚ ਵਿਰੋਧੀਆਂ ਨੂੰ ਮਾਤ ਦੇ ਕੇ ਸੱਤਾ ਵਿੱਚ ਵਾਪਸੀ ਕਰੇਗੀ। ਪਰ ਧੂਰੀ ਵਿੱਚ ਪ੍ਰਬੰਧਿਤ ਵਰਕਰ ਸੰਮੇਲਨ ਵਿੱਚ ਹੋਇਆ ਹੰਗਾਮਾ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਨਜ਼ਰ ਆਇਆ। ਸੰਗਰੂਰ ਦੇ ਧੂਰੀ ਵਿੱਚ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਵਰਕਰਾਂ ਦੇ ਸੰਮੇਲਨ ਵਿੱਚ ਪਹੁੰਚੀ ਸੀ। ਇੱਥੇ ਸਥਾਨਕ ਕਾਂਗਰਸੀ ਆਗੂਆਂ ਵਿੱਚ ਖੁਦ ਨੂੰ ਟਿਕਟ ਦਾ ਬਿਹਤਰ ਦਾਅਵੇਦਾਰ ਦਿਖਾਉਣ ਦੀ ਹੋੜ ਦੇਖਣ ਨੂੰ ਮਿਲੀ। ਇਸ ਦੌਰਾਨ ਵਰਕਰਾਂ ਨੇ ਦੋ ਵਾਰ ਹੰਗਾਮਾ ਕੀਤਾ, ਜਿਨ੍ਹਾਂ ਨੂੰ ਸ਼ਾਂਤ ਕਰਨ ਦੇ ਲਈ ਸਟੇਜ ਸੰਭਾਲ ਰਹੇ ਆਗੂਆਂ ਨੂੰ ਹੱਥ ਜੋੜਨ ਤੱਕ ਦੀ ਨੌਬਤ ਆ ਗਈ। ਦਰਅਸਲ ਸ਼ੁਰੂ ਵਿੱਚ ਨੌਜਵਾਨ ਆਗੂ ਤੇ ਟਿੱਪਣੀ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਦੇ ਹਮਾਇਤੀਆਂ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਧੂਰੀ ਦੇ ਸਾਬਕਾ ਵਿਧਾਇਕ ਨੇ ਸਾਬਕਾ ਸੀਐਮ ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨੂੰ ਲੈ ਕੇ ਟਿੱਪਣੀ ਕੀਤੀ। ਸਾਬਕਾ ਵਿਧਾਇਕ ਨੇ ਕਿਹਾ ਕਿ ਬਰਨਾਲਾ ਪਰਿਵਾਰ ਧੂਰੀ ਵਿੱਚ ਕਿਉਂ ਆ ਗਿਆ। ਇਸੇ ਬਿਆਨ ਤੇ ਬਵਾਲ ਹੋ ਗਿਆ ਤੇ ਬਰਨਾਲਾ ਹਮਾਇਤੀਆਂ ਨੇ ਹੰਗਾਮਾ ਕਰ ਦਿੱਤਾ। ਇਸ ਪੂਰੇ ਘਟਨਾਕ੍ਰਮ ਤੇ ਜਦ ਸਾਬਕਾ ਮੰਤਰੀ ਪ੍ਰਨੀਤ ਕੌਰ ਤੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੰਪੀਟੀਸ਼ਨ ਦੀ ਭਾਵਨਾ ਚੰਗੀ ਗੱਲ ਹੈ ਅਤੇ ਜਲਦੀ ਹੀ ਟਿਕਟਾਂ ਦੇ ਐਲਾਨ ਦੇ ਮਸਲੇ ਤੇ ਵੀ ਫੈਸਲਾ ਲੈ ਲਿਆ ਜਾਏਗਾ। ਦੇਖੋ, ਕੰਪੀਟੀਸ਼ਨ ਅੱਛੀ ਗੱਲ ਹੁੰਦੀ ਹੈ, ਪਰ ਵੀ ਆਰ ਹੋਪਿੰਗ ਕਿ ਜਲਦ ਤੋਂ ਜਲਦ ਇਹ ਅਨਾਉਂਸ ਕਰ ਦੇ। ਹਾਲਾਂਕਿ ਪ੍ਰਨੀਤ ਕੌਰ ਵਰਕਰਾਂ ਦੀ ਆਪਸੀ ਗੁੱਟਬਾਜ਼ੀ ਨੂੰ ਨਜ਼ਰਅੰਦਾਜ਼ ਕਰਕੇ ਕਿਸੇ ਤਰ੍ਹਾਂ ਦੇ ਕੰਪੀਟੀਸ਼ਨ ਨੂੰ ਉਤਸ਼ਾਹਤ ਦੇਣ ਦੀ ਗੱਲ ਕਰ ਰਹੀ ਹੈ, ਇਸ ਸਮਝ ਤੋਂ ਪਰੇ। ਸੁਮਿਤ ਜੋਸ਼ੀ, ਜ਼ੀ ਮੀਡੀਆ, ਸੰਗਰੂਰ। ਅਤੇ ਹੁਣ ਪੰਜਾਬ ਹਰਿਆਣਾ ਹਿਮਾਚਲ ਵਾਸੀਆਂ ਲਈ ਇੱਕ ਖੁਸ਼ਖਬਰੀ ਹੈ, ਜੋ ਕਿ ਚੰਡੀਗੜ੍ਹ ਤੋਂ ਆ ਰਹੀ। ਚੰਡੀਗੜ੍ਹ ਏਅਰਪੋਰਟ ਤੋਂ ਕੌਮਾਂਤਰੀ ਉਡਾਨਾਂ ਦੇ ਮਾਮਲੇ ਵਿੱਚ ਅੱਜ ਇੰਡੀਗੋ ਏਅਰਲਾਈਨਸ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਐਫੀਡੈਵਿਟ ਦਾਇਰ ਕਰ ਸਕਦੀ ਹੈ। ਇਹ ਐਫੀਡੈਵਿਟ ਚੰਡੀਗੜ੍ਹ ਤੋਂ ਦੁਬਈ ਦੇ ਲਈ ਕੌਮਾਂਤਰੀ ਉਡਾਨ ਭਰਨ ਵਾਸਤੇ ਹੋਏਗਾ। ਤਾਂ ਦੱਸ ਦੇ ਕਿ ਇੰਡੀਗੋ ਏਅਰਲਾਈਨਸ 26 ਸਤੰਬਰ ਤੋਂ ਉਡਾਨ ਸ਼ੁਰੂ ਕਰਨ ਜਾ ਰਹੀ ਹੈ। ਇਸ ਦੇ ਲਈ ਉਹਨਾਂ ਵੱਲੋਂ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਖਬਰ ਤੇ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਪੱਤਰਕਾਰ ਨੇਹਾ ਸ਼ਰਮਾ ਸਾਡੇ ਨਾਲ ਚੰਡੀਗੜ੍ਹ ਤੋਂ ਲਾਈਵ ਜੁੜ ਰਹੇ ਨੇ। ਨੇਹਾ, ਜਾਣਨਾ ਚਾਹਾਂਗੇ ਕਦੋਂ ਤੱਕ ਇਹ ਐਫੀਡੈਵਿਟ ਅੱਜ ਦਾਖਲ ਕੀਤਾ ਜਾ ਸਕਦਾ ਹੈ, ਕੀ ਕੁਝ ਕਿਹਾ ਜਾਏਗਾ ਇਸ ਦੇ ਵਿੱਚ? ਬਿਲਕੁਲ, ਇਸ ਮਾਮਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ
ਜੀ ਬਿਲਕੁਲ, ਜੇ ਇੰਡੀਗੋ ਨੇ ਇਹ ਕਰ ਦਿੱਤਾ, ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ ਜੋ ਹੁਣ ਤੱਕ ਜੋ ਖਬਰ ਮਿਲੀ ਹੈ, ਤਾਂ ਜੋ ਜਿਹੜੀ ਏਅਰਪੋਰਟ ਅਥਾਰਟੀ ਹੈ ਜਾਂ ਹੋਰ ਫੋਰਮੈਲਿਟੀਜ਼ ਨੇ ਉਹਨਾਂ ਦੇ ਵੱਲੋਂ ਵੀ ਕਲੀਅਰੈਂਸ ਦੇ ਨਾਲ ਨਾਲ ਦਿੱਤੀ ਜਾਏਗੀ ਕਿ ਜੇ ਇੰਡੀਗੋ 26 ਸਤੰਬਰ ਤੋਂ ਸ਼ੁਰੂ ਕਰਨਾ ਚਾਹੁੰਦਾ ਤਾਂ ਸਾਡੇ ਵੱਲੋਂ ਵੀ ਪੂਰੀ ਤਿਆਰੀ ਹੈ, ਬਾਕੀ ਜੋ ਇੱਥੇ ਹੋਰ ਜੋ ਟੈਕਨੀਕੈਲਿਟੀਜ਼ ਹੁੰਦੀਆਂ। ਬਿਲਕੁਲ ਬਲਵਿੰਦਰ, ਕਿਉਂਕਿ ਜੋ ਪਹਿਲੇ ਹਿਕਅਪਸ ਹੈਗੇ ਸੀ ਕਿ ਡਿਫੈਂਸ ਏਅਰਪੋਰਟ ਜਿਹੜਾ ਹੈਗਾ ਇੱਧਰ ਦਾ, ਉੱਥੋਂ ਦੀ ਜਿਹੜੀ ਕਲੀਅਰੈਂਸ ਚਾਹੀਦੀ ਹੈਗੀ ਹੈ, ਇਮੀਗ੍ਰੇਸ਼ਨ ਤੋਂ ਕਲੀਅਰੈਂਸ ਚਾਹੀਦੀ ਹੈ, ਸਿਵਲ ਏਵੀਏਸ਼ਨ ਤੋਂ ਕਲੀਅਰੈਂਸ ਚਾਹੀਦੀ ਹੈਗੀ ਹੈ, ਤੋ ਸਾਰੀਆਂ ਕਲੀਅਰੈਂਸ ਮਿਲਣ ਤੋਂ ਬਾਅਦ ਜਿਹੜਾ ਹੈਗਾ ਹੁਣ ਇੰਡੀਗੋ ਨੇ ਜਿਹੜਾ ਹੈਗਾ ਅਫੀਸ਼ੀਅਲੀ ਅਨਾਊਂਸ ਕੀਤਾ ਸੀ ਕਿ ਸਤੰਬਰ 26 ਤੋਂ ਜਿਹੜਾ ਹੈਗਾ ਉਹ ਅਨਾਊਂਸ ਕੀਤੀਆਂ ਜਾਣਗੀਆਂ, ਪਹਿਲੀ ਫਲਾਈਟ ਜਿਹੜੀ ਸ਼ੁਰੂ ਹੋਵੇਗੀ। ਲੇਕਿਨ ਬਲਵਿੰਦਰ, ਇੰਟਰਨੈਸ਼ਨਲ ਏਅਰਪੋਰਟ ਦੀ ਗੱਲ ਕੀਤੀ ਜਾਵੇ ਤਾਂ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ ਜਿਹੜਾ ਸਟੈਂਡਰਡ ਹੁੰਦੇ ਨੇ ਕਿ CAT 2 ਯਾਨੀ ਕਿ ਇੰਸਟਾਲ ਹੋਣਾ ਬਕਾਇਦਾ ਜ਼ਰੂਰੀ ਹੁੰਦਾ ਹੈ, ਕਿਉਂਕਿ ਰਾਤ ਦੇ ਸਮੇਂ ਦੇ ਵਿੱਚ ਔਰ ਜਦੋਂ ਧੁੰਦ ਜ਼ਿਆਦਾ ਵੱਧ ਜਾਂਦੀ ਹੈ ਸਰਦੀਆਂ ਦੇ ਵਿੱਚ, ਤਾਂ ਏਅਰ ਜਿਹੜੀ ਫਲਾਈਟ ਹੈਗੀ ਹੈ ਉਹ ਸਹੀ ਤਰੀਕੇ ਦੇ ਨਾਲ ਲੈਂਡ ਕਰ ਸਕੇ, ਤਾਂ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿਹੜਾ ਹੈਗਾ CAT 2 ਇੰਸਟਾਲ ਹੋਣਾ ਲਾਜ਼ਮੀ ਹੁੰਦਾ ਹੈ, ਕਿਉਂਕਿ ਇਸ ਵੇਲੇ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ ਨਹੀਂ ਹੈਗਾ, ਤਾਂ ਉਸ ਨੂੰ ਇੰਸਟਾਲ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈਗੀ ਹੈ, ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੂਰਾ ਰਨਵੇ ਹੈਗਾ ਉਸ ਨੂੰ ਵੀ ਵੱਡਾ ਕੀਤਾ ਜਾਣਾ, ਐਕਸਟੈਂਡ ਕੀਤਾ ਜਾਣਾ ਹੈਗਾ, ਉਸ ਤੋਂ ਬਾਅਦ ਉਹਦੀ ਰੀਸਰਫੇਸਿੰਗ ਹੋਣੀ ਹੈ, ਤੇ ਇਹ ਹੁਣ ਟੈਕਨੀਕਲ ਇਸ਼ੂ ਜ਼ਰੂਰ ਹੈਗੇ ਨੇ, ਔਰ ਇਹ ਵੀ ਬਹੁਤ ਜ਼ਿਆਦਾ ਇੱਕ ਮੁੱਦਾ ਹੈਗਾ ਕਿ ਇਹ ਵਾਲਾ ਏਅਰਪੋਰਟ ਜਿਹੜਾ ਹੈਗਾ ਉਸਨੂੰ ਆਪਰੇਸ਼ਨਲ ਰਹਿ ਕੇ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਜਾਂ ਬੰਦ ਕਰਕੇ ਕੀਤੀਆਂ ਜਾਣਗੀਆਂ, ਉਹ ਚੀਜ਼ਾਂ ਵੀ ਬੜੀਆਂ ਜਿਹੜੀਆਂ ਹੈਗੀਆਂ ਇੰਪੋਰਟੈਂਟ ਹੈਗੀਆਂ ਨੇ। ਲੇਕਿਨ ਹਾਲਾਂਕਿ ਅਫੀਸ਼ੀਅਲੀ ਹੁਣ ਚੀਜ਼ ਜਿਹੜੀ ਸਾਹਮਣੇ ਆਈ ਹੈ ਜੋ ਕਿ ਕਾਫੀ ਦੇਰ ਤੋਂ ਇੰਤਜ਼ਾਰ ਸੀ ਕਿ ਇੰਡੀਗੋ ਜਿਹੜਾ ਹੈਗਾ ਉਸਨੇ ਆਪਣੀ ਪਹਿਲੀ ਫਲਾਈਟ ਜਿਹੜੀ ਅਨਾਊਂਸ ਕਰ ਦਿੱਤੀ ਹੈਗੀ ਹੈ ਕਿ ਉਹ ਚੰਡੀਗੜ੍ਹ ਤੋਂ ਦੁਬਈ ਜਾਵੇਗੀ, ਔਰ ਐਫੀਡੇਵਿਟ ਅੱਜ ਦਿੱਤਾ ਜਾਵੇਗਾ। ਲੇਕਿਨ ਟੈਕਨੀਕਲ ਹਿਕਅਪ ਵੀ ਰਸਤੇ ਦੇ ਵਿੱਚ ਜ਼ਰੂਰ ਆ ਰਹੀਆਂ ਹੈਗੀਆਂ ਨੇ, ਤਾਂ ਹੁਣ ਮੁੱਦਾ ਇਹ ਰਹੇਗਾ ਹਾਈਕੋਰਟ ਦੇ ਵਿੱਚ ਕਿ ਉਹ ਟੈਕਨੀਕਲ ਹਿਕਅਪਸ ਨੂੰ ਕਿੱਦਾਂ ਸਟ੍ਰੀਮਲਾਈਨ ਕੀਤਾ ਜਾਵੇ ਤਾਂ ਕਿ ਇੰਟਰਨੈਸ਼ਨਲ ਸਟੈਂਡਰਡ ਦੇ ਹਿਸਾਬ ਨਾਲ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਹੈਗਾ ਉਹ ਆਪਰੇਟ ਕਰ ਸਕੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਨੇਹਾ ਫਿਲਹਾਲ ਸਾਰੀ ਜਾਣਕਾਰੀ ਦੇ ਲਈ। ਤਾਂ ਅੱਜ ਤਕਰੀਬਨ 11:30 ਵਜੇ ਐਫੀਡੈਵਿਟ ਦਾਖਲ ਕੀਤਾ ਜਾ ਸਕਦਾ ਇੰਡੀਗੋ ਦੇ ਵੱਲੋਂ ਕਿ ਉਹ 26 ਸਤੰਬਰ ਤੋਂ ਉਡਾਣ ਜਿਹੜੀ ਸ਼ੁਰੂ ਕਰ ਸਕਦੇ ਨੇ, ਅਤੇ ਬਾਕੀ ਜਿਹੜੀਆਂ ਟੈਕਨੀਕਲ ਪ੍ਰੋਬਲਮਸ ਉਸ ਨਾਲ ਕਿਸ ਤਰ੍ਹਾਂ ਨਾਲ ਟੈਕਲ ਕੀਤਾ ਜਾਂਦਾ ਇਹ ਵੀ ਦੇਖਣਾ ਇੱਕ ਵੱਡੀ ਚੀਜ਼ ਰਹੇਗੀ। ਅੱਗੇ ਵੱਧਦੇ ਹਾਂ, ਹੁਣ ਗੱਲ ਕਰਦੇ ਹਾਂ ਵਿਦੇਸ਼ ਵਿੱਚ ਗਏ ਹੋਏ ਕੁਝ ਭਾਰਤੀਆਂ ਦੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਵਾਅਦਾ ਕੀਤਾ ਕਿ ਸਾਊਦੀ ਅਰਬ 'ਚ ਫਸੇ 10,000 ਭਾਰਤੀ ਨਾਗਰਿਕਾਂ ਨੂੰ ਵਾਪਸ ਭਾਰਤ ਲਿਆਂਦਾ ਜਾਏਗਾ। ਇਸ ਬਿਆਨ ਦੇ ਨਾਲ ਲੁਧਿਆਣਾ ਦੇ 3 ਪਰਿਵਾਰਾਂ ਨੂੰ ਉਮੀਦ ਬੱਝੀ ਹੈ ਕਿ ਸ਼ਾਇਦ ਉਹਨਾਂ ਦੇ ਆਪਣੇ ਜੋ ਕਿ ਲੀਬੀਆ ਵਿੱਚ ਫਸੇ ਨੇ ਉਹਨਾਂ ਦੀ ਵਾਪਸੀ ਹੋਵੇਗੀ। ਇਹਨਾਂ ਨੂੰ ਆਪਣਿਆਂ ਦਾ ਇੰਤਜ਼ਾਰ ਹੈ, ਤਸਵੀਰਾਂ ਹੱਥ ਵਿੱਚ ਇਸੇ ਲਈ ਨੇ ਤਾਂ ਕਿ ਸ਼ਾਇਦ ਇਹਨਾਂ ਦੀ ਪੁਕਾਰ ਸੁਣੀ ਜਾਏ ਅਤੇ ਲੀਬੀਆ ਵਿੱਚ ਫਸੇ ਇਹਨਾਂ ਦੇ ਆਪਣਿਆਂ ਦੀ ਵਤਨ ਵਾਪਸੀ ਹੋ ਸਕੇ। 3 ਪਰਿਵਾਰ ਲੁਧਿਆਣਾ ਦੇ ਰਹਿਣ ਵਾਲੇ ਨੇ। ਲੀਬੀਆ ਵਿੱਚ ਫਸੇ 3 ਪੰਜਾਬੀਆਂ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਰੋਜ਼ਗਾਰ ਦੇਣ ਵਾਲੀ ਕੰਪਨੀ ਨੇ ਉਹਨਾਂ ਦੇ ਪਾਸਪੋਰਟ ਲੈ ਲਏ ਨੇ ਅਤੇ ਉਹਨਾਂ ਦੇ ਕੋਲ ਵਤਨ ਵਾਪਸੀ ਦਾ ਕੋਈ ਰਸਤਾ ਨਹੀਂ ਬਚਿਆ। ਇਸੇ ਮੁੱਦੇ ਨੂੰ ਅਕਾਲੀ ਦਲ ਦੇ MP ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਚੁੱਕਿਆ, ਜਦਕਿ ਪੰਜਾਬ ਦੇ ਡਿਪਟੀ CM ਨੇ ਵੀ 3 ਪੰਜਾਬੀਆਂ ਦੀ ਵਤਨ ਵਾਪਸੀ ਦੇ ਲਈ ਕੇਂਦਰ ਤੋਂ ਕੋਸ਼ਿਸ਼ਾਂ ਤੇਜ਼ ਕਰਨ ਦੀ ਮੰਗ ਕੀਤੀ ਹੈ। 28 ਅਪ੍ਰੈਲ 2016 ਨੂੰ ਪਹਿਲੀ ਵਾਰ ਗਏ ਹੈ, ਇਹ ਏਜੰਟ ਦੇ ਥਰੂ ਗਏ ਹੈ ਲੀਬੀਆ ਦੇ ਅੰਦਰ, ਪਰ ਹਜੇ ਤੱਕ ਇਹਨਾਂ ਨੇ ਇੱਕ ਵੀ ਨਾ ਇਹਨਾਂ ਨੂੰ ਸੈਲਰੀ ਮਿਲੀ ਹੈ, ਨਾ ਕੋਈ ਮੈਡੀਕਲ ਏਡ ਮਿਲੀ ਹੈ, ਨਾ ਦਵਾਈ, ਨਾ ਖਰਚਾ। ਇਹਨਾਂ ਦੇ ਮੋਬਾਈਲ ਫੋਨ ਵੀ ਲੈ ਕੇ ਰੱਖ ਲਏ ਹੈ, ਕਿਤੇ ਉਹ ਸਿਗਨਲ ਮਿਲਦਾ ਵਾਈਫਾਈ ਤੋਂ ਹੀ ਦੇ ਥਰੂ, ਵਟਸਐਪ ਤੋਂ ਸਾਨੂੰ ਵੀਡੀਓ ਭੇਜਦੇ ਹਾਂ, ਗੱਲਬਾਤ ਕਰਦੇ ਹਾਂ। ਮੈਂ ਆਪਕੇ ਮਾਧਿਅਮ ਸੇ ਸਰਕਾਰ ਕੋ ਇਹ ਨਿਵੇਦਨ ਕਰਨਾ ਚਾਹਤਾ ਹੂੰ ਕਿ ਜੋ ਲੀਬੀਆ ਮੈਂ ਇਹ 3 ਜਵਾਨ ਕੋ ਵਹਾਂ ਤੇਲ ਕੰਪਨੀ ਨੇ ਬੰਦੀ ਬਣਾ ਰੱਖਾ ਹੈ, ਜਹਾਂ ਵੋ ਬੈਲਡਰ ਕਾ ਕਾਮ ਕਰਤੇ ਥੇ, ਉਨਕੋ ਬਚਾ ਕਰਨੇ ਕੇ ਲੀਏ, ਕਿਉਂਕਿ ਉਨਕੀ ਜਾਨ ਖਤਰੇ ਮੇਂ ਹੈ, ਅਰਜੈਂਟ ਕੋਈ ਕਾਰਵਾਈ ਕਰਨੀ ਚਾਹੀਏ।
ਇਹ ਪਰਿਵਾਰ ਵਿਦੇਸ਼ ਮੰਤਰੀ ਨੂੰ ਵੀ ਚਿੱਠੀ ਲਿਖ ਚੁੱਕੇ ਨੇ ਅਤੇ ਇਹਨਾਂ ਪਰਿਵਾਰਾਂ ਦੀ ਮੰਗ ਹੈ ਕਿ ਭਾਰਤ ਸਰਕਾਰ ਇਹਨਾਂ ਦੇ ਆਪਣਿਆਂ ਦੀ ਵਾਪਸੀ ਦਾ ਇੰਤਜ਼ਾਮ ਕਰੇ। ਦਰਅਸਲ ਸਾਊਦੀ ਅਰਬ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਵਿਚਾਲੇ ਲੁਧਿਆਣਾ ਦੇ ਤਿੰਨਾਂ ਪਰਿਵਾਰਾਂ ਨੂੰ ਵੀ ਉਮੀਦ ਹੈ ਕਿ ਸਰਕਾਰ ਉਹਨਾਂ ਦੇ ਆਪਣਿਆਂ ਦੀ ਵੀ ਸਾਰ ਲਵੇਗੀ। ਪੁਨੀਤ ਪਰਿੰਜਾ, ਜ਼ੀ ਮੀਡੀਆ, ਚੰਡੀਗੜ੍ਹ। ਉਧਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਪਾਕਿਸਤਾਨ ਦੇ ਦੌਰੇ 'ਤੇ ਜਾ ਰਹੇ ਨੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਰਕ ਸੰਮੇਲਨ ਵਿੱਚ ਹਿੱਸਾ ਲੈਣਗੇ, ਪਰ ਭਾਰਤ ਨੇ ਰਾਜਨਾਥ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਇਸ ਚਿੰਤਾ ਨੂੰ ਵੇਖਦੇ ਹੋਏ ਪਾਕਿਸਤਾਨ ਨੇ ਰਾਜਨਾਥ ਸਿੰਘ ਨੂੰ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਮੁਹੱਈਆ ਕਰਾਉਣ ਦਾ ਫੈਸਲਾ ਲਿਆ। ਸੂਤਰਾਂ ਦੇ ਮੁਤਾਬਕ ਭਾਰਤ ਨੇ ਰਾਜਨਾਥ ਸਿੰਘ ਦੀ ਸੁਰੱਖਿਆ ਨੂੰ ਲੈ ਕੇ ਪਾਕਿਸਤਾਨ ਨਾਲ ਗੱਲਬਾਤ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਲਸ਼ਕਰ, ਜੈਸ਼ ਅਤੇ ISIS ਵਰਗੇ ਦਹਿਸ਼ਤਗਰਦੀ ਜਥੇਬੰਦੀਆਂ ਤੋਂ ਖਤਰਾ ਹੋ ਸਕਦਾ ਹੈ। ਪਾਕਿਸਤਾਨ ਦੌਰੇ ਤੋਂ ਪਹਿਲਾਂ ਅੱਜ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਬੈਠਕ ਵੀ ਹੋਈ ਜਿਸ ਵਿੱਚ ਵਿਦੇਸ਼ ਸਕੱਤਰ, ਗ੍ਰਹਿ ਸਕੱਤਰ ਸਣੇ NSA, IB ਅਤੇ ਰਾਹ ਪ੍ਰਮੁੱਖ ਮੌਜੂਦ ਸਨ। ਜੰਮੂ ਕਸ਼ਮੀਰ ਵਿੱਚ ਤਣਾਅ ਅਤੇ ਪਠਾਨਕੋਟ ਏਅਰਬੇਸ ਦੇ ਹਮਲੇ ਤੋਂ ਬਾਅਦ ਕਿਸੇ ਕੇਂਦਰੀ ਮੰਤਰੀ ਦਾ ਇਹ ਪਹਿਲਾ ਪਾਕਿਸਤਾਨੀ ਦੌਰ ਹੈ। ਇਹਨਾਂ ਤੇ 4 ਅਗਸਤ ਨੂੰ ਇਸਲਾਮਾਬਾਦ ਵਿੱਚ ਸਾਰਕ ਦੇਸ਼ਾਂ ਦੀ ਬੈਠਕ ਹੋਣੀ ਹੈ। ਰਾਜਨਾਥ ਸਿੰਘ ਦੇ ਪਹੁੰਚਣ ਤੇ ਹਾਫਿਜ਼ ਸਈਦ ਨੇ ਇਸਲਾਮਾਬਾਦ, ਲਾਹੌਰ, ਕਰਾਚੀ, ਪੇਸ਼ਾਵਰ ਸਣੇ ਕਈ ਸ਼ਹਿਰਾਂ ਵਿੱਚ ਮੁਜ਼ਾਹਰੇ ਦੀ ਧਮਕੀ ਦਿੱਤੀ ਹੈ। ਨਿਊਜ਼ ਡੈਸਕ ਰਿਪੋਰਟ, ਜ਼ੀ ਮੀਡੀਆ। ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਦੇ ਮਾਮਲੇ ਵਿੱਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਕਰੜੀ ਝਾੜ ਪਾਉਂਦੇ ਹੋਏ ਨਿਰਦੇਸ਼ ਜਾਰੀ ਕੀਤੇ ਨੇ ਕਿ ਸਮਾਧੀ ਦੇ ਮਾਮਲੇ ਵਿੱਚ ਕੁਝ ਫੈਸਲਾ ਲੈਣ ਅਤੇ ਆਪਣਾ ਰੁੱਖ ਸਪਸ਼ਟ ਕਰਨ, ਨਹੀਂ ਤਾਂ ਅਗਲੀ ਤਰੀਕ 'ਤੇ ਹਾਈਕੋਰਟ ਆਪਣਾ ਆਖਰੀ ਫੈਸਲਾ ਸੁਣਾ ਦੇਵੇਗਾ। ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਕੋ ਆਸ਼ੂਤੋਸ਼ ਮਹਾਰਾਜ ਮਾਮਲੇ ਮੇ ਕੜੀ ਫਟਕਾਰ ਲਗਾਈ ਹੈ ਔਰ ਸਾਥ ਹੀ ਸਾਥ ਇਹ ਵੀ ਟਿੱਪਣੀ ਕੀ ਹੈ ਕਿ ਅਗਲੀ ਤਾਰੀਖ ਤੱਕ ਪੰਜਾਬ ਸਰਕਾਰ ਆਪਣਾ ਸਟੈਂਡ ਕਲੀਅਰ ਕਰੇ ਕਿ ਉਹ ਸੰਸਕਾਰ ਕੇ ਮੁੱਦੇ ਕੇ ਉੱਪਰ ਕਿਆ ਕੁਛ ਕਹਿਣਾ ਚਾਹਤੀ ਹੈ, ਅਨਯਥਾ ਹਾਈਕੋਰਟ ਜੋ ਹੈ ਇਸ ਮਾਮਲੇ ਮੇ ਆਪਣਾ ਅੰਤਿਮ ਫੈਸਲਾ ਜੋ ਹੈ ਉਹ ਸੁਣਾ ਸਕਤਾ ਹੈ। ਔਰ ਸਾਥ ਹੀ ਸਾਥ ਸੁਣਵਾਈ ਕੇ ਦੌਰਾਨ ਜੋ ਹੈ ਪੰਜਾਬ ਹਰਿਆਣਾ ਹਾਈਕੋਰਟ ਮੇ ਪੰਜਾਬ ਸਰਕਾਰ ਨੇ ਇਹੀ ਦਲੀਲ ਦੀ ਕਿ ਲਾਅ ਐਂਡ ਆਰਡਰ ਕੀ ਸਿਚੁਏਸ਼ਨ ਜੋ ਹੈ ਉਹ ਖੜੀ ਹੋ ਸਕਤੀ ਹੈ। ਤੋ ਹਾਈਕੋਰਟ ਨੇ ਉਸਕੇ ਬਾਅਦ ਇਹੀ ਟਿੱਪਣੀ ਕੀ ਹੈ ਕਿ ਅਗਰ ਸਰਕਾਰੇ ਲਾਅ ਐਂਡ ਆਰਡਰ ਕੀ ਸਮੱਸਿਆ ਕੋ ਨਹੀਂ ਸੁਲਝਾ ਸਕਤੀ ਤੋ ਫਿਰ ਕਿਆ ਕਰ ਸਕਤੀ ਹੈ। ਹਮਨੇ ਕੋਰਟ ਕੋ ਸੰਸਥਾਨ ਕੀ ਤਰਫ ਸੇ ਵੀ ਉਨਕੇ ਵਕੀਲ ਨੇ ਔਰ ਹਮਨੇ ਸਰਕਾਰ ਕੀ ਤਰਫ ਸੇ ਵੀ ਰਿਕੁਐਸਟ ਕਰੀ ਕਿ ਇਨਕੀ ਕਿਉਂਕਿ ਮੀਟਿੰਗਸ ਹੋ ਰਹੀ ਹੈ, ਜੈਸਾ ਕਿ ਕੋਰਟ ਨੇ ਹਮੇ ਆਦੇਸ਼ ਦਿਆ ਥਾ ਕਿ ਦੋਨੋ ਪਾਰਟੀਆਂ ਬੈਠ ਕੇ ਆਪਸ ਮੇ ਕੋਈ ਸੋਲਿਊਸ਼ਨ ਢੂੰਢੇ। तो हमने कोर्ट को यही बताया कि मीटिंग्स हो रही है और वो कंक्लूड होने वाली है, तो जो भी कंक्लूजन उसका आएगा वो हम कोर्ट के समक्ष रख देंगे। हालांकि पंजाब सरकार का यही कहना है कि पंजाब सरकार और डेरा जो है वो मीटिंग जरूर कर रहे हैं, बैठकें कर रहे हैं और जल्द ही जो है वो हाईकोर्ट में बताएंगे कि इसका क्या सोल्यूशन निकाला जा सकता है, क्योंकि हाईकोर्ट ने भी यही निर्देश जारी किए थे कि मिल बैठकर इसका कोई नतीजा निकाला जाए। लेकिन फिलहाल काफी ज्यादा टाइम बीत चुका है, तकरीबन 2.5 साल बीत चुके हैं। आशुतोष महाराज की समाधि के ऊपर सस्पेंस जो है वो बरकरार है, लेकिन अब हाईकोर्ट ने कड़ी टिप्पणी कर दी है और साथ ही साथ यही निर्देश जारी किए हैं कि 16 तारीख तक पंजाब सरकार अपना स्टैंड जो है वो क्लियर करे, अन्यथा हाईकोर्ट अपना अंतिम फैसला इस मामले में सुना देगी। कैमरा पर्सन प्रमोद के साथ नेहा शर्मा, जी मीडिया, चिटगढ़। ਤੇ ਹੁਣ ਸਮਾਜ ਨੂੰ ਗੰਭੀਰਤਾ ਨਾਲ ਸੋਚਣ ਤੇ ਮਜਬੂਰ ਕਰਨ ਵਾਲੀ ਇੱਕ ਖਬਰ ਹਿਸਾਰ ਤੋਂ ਹੈ। ਇੱਥੋਂ ਦੇ ਖਰੜ ਅਲੀਪੁਰ ਪਿੰਡ ਤੋਂ ਸ਼ਿਵਰਾਤਰੀ ਨੂੰ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਦਲਿਤਾਂ ਨੇ ਇਲਜ਼ਾਮ ਲਾਇਆ ਸੀ ਕਿ ਦਬੰਗਾ ਨੇ ਉਹਨਾਂ ਨੂੰ ਮੰਦਰ ਵਿੱਚ ਕਾਵੜ ਅਤੇ ਜਲ ਨਹੀਂ ਚੜਾਉਣ ਦਿੱਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ, ਕਿਸੇ ਤਰ੍ਹਾਂ ਦੀ ਕੋਈ ਵੀ ਕਾਰਵਾਈ ਸਾਹਮਣੇ ਨਹੀਂ ਆਈ ਹੈ। ਜ਼ੀ ਪੰਜਾਬ ਹਰਿਆਣਾ ਹਿਮਾਚਲ ਖਰੜ ਅਲੀਪੁਰ ਪਿੰਡ ਦੇ ਦਲਿਤ ਭਾਈਚਾਰੇ ਨਾਲ ਜੁੜੀ ਇੱਕ ਖਬਰ ਪ੍ਰਮੁੱਖਤਾ ਨਾਲ ਦਿਖਾ ਰਿਹਾ ਹੈ ਜਿਸ ਵਿੱਚ ਉਹ ਦਬੰਗਾ ਤੇ ਮੰਦਿਰ ਵਿੱਚ ਕਾਵੜ ਅਤੇ ਜਲ ਨਾ ਚੜਾਉਣ ਦੇ ਇਲਜ਼ਾਮ ਲਾ ਰਹੇ ਨੇ। ਲੈ ਤੇਰਾ ਜਲ ਕੌਣ ਛੱਡਾ ਭਾਈ, ਮੈਨੂੰ ਕਾਰਨ ਪੁੱਛਿਆ ਵੀ ਕਿਉਂ ਨਹੀਂ ਚੜਾਉਣ ਦੇ ਤੇ, ਉਹ ਕਹਿਣ ਲੱਗੇ ਕਿ ਵੀ ਤੁਹਾਰਾ ਜਲ ਨਹੀਂ ਚੜਾ, ਯਹਾਂ ਪਰ ਨਹੀਂ ਚੜਤਾ, ਹਮ ਚੜਨੇ ਨਹੀਂ ਦੇਂਗੇ। ਉੱਥੇ ਜਦ ਇਸ ਬਾਰੇ ਮੰਦਿਰ ਦੇ ਮਹੰਤ ਅਤੇ ਮੰਦਿਰ ਦੇ ਇੱਕ ਕਥਿਤ ਸੇਵਾਦਾਰ ਨਾਲ ਗੱਲ ਕੀਤੀ ਗਈ ਤਾਂ ਉਸਦੇ ਬਿਆਨ ਨਾਲ ਦਲਿਤ ਭਾਈਚਾਰੇ ਦੇ ਇਲਜ਼ਾਮ ਸਹੀ ਸਾਬਿਤ ਹੁੰਦੇ ਨਜ਼ਰ ਆਏ। ਅੱਛਾ, ਮੰਦਿਰ ਮੇ ਕਿਸੀ ਵੀ ਜਾਤ ਧਰਮ ਕੇ ਲਈ ਕੋਈ ਵੀ ਉਹ ਨਹੀਂ ਹੈ, ਪਾਬੰਦੀਆਂ ਨਹੀਂ ਇਹ ਜਾਤ ਜੂਤ ਕੀ ਵੀ ਹੈ, ਇਹ ਉੱਚੇ ਖਾਸ ਕੇ ਡੇਰੇ ਮੰਦਿਰ ਮੇ ਨਿਯਮ ਇਹ ਹੈ ਕਿ ਸ਼ੁਰੂ ਸੇ ਪਰੰਪਰਾ ਹੈ ਬ੍ਰਾਹਮਣ, ਜਾਟ, ਬਣਿਆ, ਸੁਨਾਰ, ਜੋ ਇਹ ਬਰਾਦਰੀ ਹੈ, ਮੌਲੀ, ਹੀਰ, ਗੁਜਰ, ਇਹ ਸਭ ਯਹਾਂ ਪਰ ਕਾਵੜ ਚੜਾਤੇ ਆਏ ਹੈ ਔਰ ਚੂੜਾ
इनके लिए गांव ने चंदा देकर बैर मंदिर भी बनवाया। मामला सियासी पार्टियां अते समाजी जथेबंदियों के संज्ञान विच आ चुका है अते उन्होंने इस दी कड़े शब्दों विच निंदा कीती है। जो कुछ हुआ वो मुझे लगता बड़ा दुर्भाग्यपूर्ण है। मंदिर पर सबका अधिकार समान है, इसलिए मंदिर जैसी पवित्र जगह को जातियों में बांट करके हमें नहीं देखना चाहिए। इसकी हम घोर कड़े शब्दों में निंदा करते हैं कि ये बहुत ही निंदनीय है कि 69 साल की आजादी के बावजूद आज भी एक आदमी के द्वारा आदमी का शोषण है। इस मामले की हर पास से निंदा हो रही है पर हुण तक प्रशासन वालों कोई भी कार्रवाई नहीं की गई है। बीडीपीओ ने किसी भी विवाद तो इनकार किया है अते क्या है कि जेकर कोई शिकायत आएगी तो कार्रवाई की जाएगी। तो मैंने वही जे फोन पर सरपंच ग्राम जी से बात की, उन्होंने कहा कि सभी का दल जितने भी लोग खबर लिए आए आए हुए थे बड़े सरकार ने दल हमने चढ़वा दिया है। नहीं संज्ञान तो लिया हुआ है, तो पंचायत को मैंने जो ही आज एडमिशन होता तुरंत उन्होंने फोन पर बात की है। जी, तो बात करने से सर ये कार्रवाई में माना जाए तो कार्रवाई तो किस आदमी ने किसको रोका वो तो हमें पता होना चाहिए ना, उसके बगैर तो कार्रवाई किसके ऊपर करें। जात के नाते वितकरा समाज की एक बड़ी समस्या है। मामले की अजे भी प्रशासन वालों कोई पुष्टि नहीं की गई है पर जेकर कोई अजिहा मामला है तो बेहद गंभीर है। कैमरामैन राजेंद्र के नाल महेंद्र सिंह, जी मीडिया, हिसार। तो आ हुण तुहानूं मिलवाउने आ जशनदीप नाल जो कि फुटबॉली का एक चंगा खिडारी है। जी हाँ, असी फुटबॉल की नहीं सगों फुटबॉली की ही गल कर रहे हैं। रियो ओलंपिक्स विच फुटबॉली का प्रदर्शन करने के लिए भारत तो 3 खिडारियों को चुनिया गया जिन्हां विचों एक जशनदीप भी ने। इस प्रदर्शन तो बाद यह तय किया जाएगा कि फुटबॉली नू ओलंपिक्स विच थां मिलेगी जां नहीं। ਇਹ ਖੇਡ ਵਾਲੀਬਾਲ ਵਾਂਗ ਹੀ ਖੇਡਿਆ ਜਾਂਦਾ ਹੈ। ਬਸ ਬਾਲ ਹੱਥਾਂ ਦੀ ਥਾਂ ਪੈਰਾਂ ਜ਼ਰੀਏ ਨੈੱਟ ਦੇ ਪਾਰ ਪਹੁੰਚਾਉਣਾ ਹੁੰਦਾ ਹੈ। ਜਸ਼ਨਦੀਪ ਇੱਕ ਅਜਿਹਾ ਨੌਜਵਾਨ ਖਿਡਾਰੀ ਜੋ ਇਸ ਖੇਡ ਨੂੰ ਓਲੰਪਿਕ ਵਿੱਚ ਸਥਾਨ ਦਿਲਾਉਣ ਦੀ ਲੜਾਈ ਵਿੱਚ ਸ਼ਾਮਿਲ ਹੈ। ਕਹਿੰਦੇ ਨੇ ਕਿ ਕਿਸੇ ਕੰਮ ਨੂੰ ਲੈ ਕੇ ਜੇਕਰ ਦਿਲ ਵਿੱਚ ਜਜ਼ਬਾ ਅਤੇ ਜਨੂੰਨ ਹੋਏ ਤਾਂ ਉਸ ਵਿੱਚ ਕਾਮਯਾਬੀ ਮਿਲ ਹੀ ਜਾਂਦੀ ਹੈ। ਇਹ ਸਾਬਿਤ ਕੀਤਾ ਹੈ ਬਰਨਾਲਾ ਦੇ ਰਹਿਣ ਵਾਲੇ ਨੌਜਵਾਨ ਜਸ਼ਨਦੀਪ ਨੇ। ਉਹ ਆਪਣੀ ਕੜੀ ਮਿਹਨਤ ਦੇ ਚਲਦੇ ਰਿਓ ਵਿੱਚ ਫੁੱਟਬਾਲੀ ਦਾ ਪ੍ਰਦਰਸ਼ਨ ਕਰਨ ਜਾ ਰਹੀ 3 ਖਿਡਾਰੀਆਂ ਦੀ ਟੀਮ ਵਿੱਚ ਸ਼ਾਮਿਲ ਹੈ ਜਿਸ ਤੋਂ ਬਾਅਦ ਉਹ ਬੇਹੱਦ ਖੁਸ਼ ਹੈ। ਜੋ ਕਿ ਬ੍ਰਾਜ਼ੀਲ ਲਈ ਚੋਣ ਹੋਈ ਹੈ ਰਿਓ ਲਈ ਤਾਂ ਸਾਡੀ ਸਿਲੈਕਸ਼ਨ ਹੋਈ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਨਾਸਿਕ, ਉੱਥੋਂ ਮੈਂ ਸਿਲੈਕਟ ਹੋਇਆ ਹਾਂ ਅਤੇ ਮੈਨੂੰ ਬਹੁਤ ਫਖਰ ਹੈ ਆਪਣੇ ਆਪ 'ਤੇ ਕਿ ਮੈਂ ਇਸ ਲਈ ਇਸ ਮੁਕਾਮ ਲਈ ਪਹੁੰਚਿਆ ਹਾਂ। ਮੈਂ ਆਪਣੀ ਮੈਨੇਜਮੈਂਟ ਦਾ ਬਹੁਤ ਧੰਨਵਾਦੀ ਹਾਂ। ਆਪਣੀ ਬੇਟੀ ਦੀ ਕਾਮਯਾਬੀ ਦੇਖ ਜਸ਼ਨਦੀਪ ਦੇ ਮਾਤਾ ਪਿਤਾ ਦੀ ਖੁਸ਼ੀ ਦਾ ਟਿਕਾਣਾ ਨਹੀਂ ਹੈ। ਉਹ ਆਪਣੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਪਾ ਰਹੇ। ਬੜੀ ਖੁਸ਼ੀ ਦੀ ਗੱਲ ਆ, ਇਹ ਇੰਡੀਆ ਪੰਜਾਬ ਦੇ ਵਿੱਚੋਂ ਪਹਿਲਾ ਬੱਚਾ ਅਤੇ ਇੰਡੀਆ ਵੱਲੋਂ ਜਾ ਰਹੇ ਨੇ। ਸਾਨੂੰ ਅੱਗੇ ਇਹ ਆ ਵੀ 2020 ਲਈ ਜਦੋਂ ਐਂਟਰੀ ਪੱਕੀ ਹੋ ਜਾਏਗੀ ਅਤੇ ਫਿਰ ਇੰਡੀਆ ਨੂੰ ਇਸ ਦੇ ਵਿੱਚ ਗੋਲਡ ਮਿਲੇਗਾ। ਸਾਨੂੰ ਬਹੁਤ ਖੁਸ਼ੀ ਹੈ, ਬਹੁਤ ਵਧੀਆ ਮਾਹੌਲ ਸਾਨੂੰ ਬਣਿਆ ਹੋਇਆ ਵੀ ਸਾਡਾ ਬੱਚਾ ਵੀ ਹੋਰ ਬੱਚੇ ਵੀ ਇੱਦਾਂ ਇਹਦੇ ਵਾਂਗੂ ਜਾਣ। ਅਸੀਂ ਇਹ ਚਾਹੁੰਦੇ ਹਾਂ ਵੀ ਅੱਗੇ ਵਾਸਤੇ ਵੀ ਵਧੀਆ ਕਰਕੇ ਆਵੇ, ਦੇਸ਼ ਲਈ ਆਪਦੇ ਪੰਜਾਬ ਲਈ ਸਾਰਿਆਂ ਲਈ ਜ਼ਿਲ੍ਹੇ ਲਈ ਨਾਮ ਰੋਸ਼ਨ ਕਰੇਗਾ। ਫੁੱਟਬਾਲੀ ਐਸੋਸੀਏਸ਼ਨ ਆਫ ਇੰਡੀਆ ਦਾ ਕਹਿਣਾ ਹੈ ਕਿ ਫੁੱਟਬਾਲੀ 75 ਦੇਸ਼ਾਂ ਵਿੱਚ ਖੇਡਿਆ ਜਾਣ ਵਾਲਾ ਖੇਡ ਹੈ ਪਰ ਅਜੇ ਓਲੰਪਿਕ ਵਿੱਚ ਸ਼ਾਮਿਲ ਨਹੀਂ ਹੈ। ਇਸ ਵਾਰ 40 ਦੇਸ਼ਾਂ ਦੇ ਖਿਡਾਰੀ ਫੁੱਟਬਾਲੀ ਦਾ ਪ੍ਰਦਰਸ਼ਨ ਕਰਨ ਲਈ ਰਿਓ ਪਹੁੰਚ ਰਹੇ ਨੇ ਅਤੇ ਜੇਕਰ ਪ੍ਰਦਰਸ਼ਨ ਚੰਗਾ ਰਿਹਾ ਤਾਂ ਫੁੱਟਬਾਲੀ ਨੂੰ ਓਲੰਪਿਕ ਖੇਡਾਂ ਵਿੱਚ ਐਂਟਰੀ ਮਿਲ ਜਾਏਗੀ। ਅਸੀਂ ਉਮੀਦ ਕਰਦੇ ਹਾਂ ਇੰਡੀਆ ਦੇ ਇਹ ਵੀ ਅਤੇ ਹੋਰ ਵੀ ਜਿੰਨੇ ਪਲੇਅਰ ਮੈਕਸੀਮਮ ਮਿਹਨਤ ਕਰਨਗੇ ਇੰਡੀਆ ਦੇ ਗੋਲਡ ਮੈਡਲ ਮਿਲਣਗੇ ਸਾਨੂੰ। ਇਸ ਨੂੰ ਸ਼ਾਈਨ ਕਰਨ ਲਈ ਅਸੀਂ ਮੈਕਸੀਮਮ ਜਿਹੜੀ ਹੈਗੀ ਆ ਔਰਗੇਨਾਈਜੇਸ਼ਨ ਸਾਡੀ ਐਫਰਟਸ ਕਰ ਰਹੀ ਹੈ। ਜਸ਼ਨਦੀਪ ਭਾਰਤ ਤੋਂ ਇਲਾਵਾ ਨੇਪਾਲ ਅਤੇ ਥਾਈਲੈਂਡ ਵਿੱਚ ਵੀ ਆਪਣੀ ਕਾਮਯਾਬੀ ਦੇ ਝੰਡੇ ਲਹਿਰਾ ਚੁੱਕਿਆ ਹੈ ਜਿਸ ਦੇ ਚੱਲਦੇ ਜਸ਼ਨਦੀਪ ਨੂੰ ਅਤੇ ਫੁੱਟਬਾਲੀ ਨਾਲ ਜੁੜੇ ਹਰ ਸ਼ਖਸ ਨੂੰ ਇਹੀ ਉਮੀਦ ਹੈ ਇਸ ਖੇਡ ਦਾ ਪ੍ਰਦਰਸ਼ਨ ਦੇਖਣ ਤੋਂ ਬਾਅਦ ਓਲੰਪਿਕ ਵਿੱਚ ਉਸਨੂੰ ਥਾਂ ਜ਼ਰੂਰ ਦਿੱਤੀ ਜਾਏਗੀ। ਜੀਵਨ ਰਾਮਗੜ, ਜ਼ੀ ਮੀਡੀਆ, ਬਰਨਾਲਾ। ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।